ਹੈਲੋ, ਮੈਂ ਮਨਪ੍ਰੀਤ ਕੌਰ ਫਿਰੋਜ਼ਪੁਰ ਤੋਂ ਬਿਲੋਂਗ ਕਰਦੀ ਹਾਂ। ਮੇਰੇ ਅੱਜ ਤੋਂ 6 ਮਹੀਨੇ ਪਹਿਲਾਂ ਬਹੁਤ ਜ਼ਿਆਦਾ ਪੇਨ ਸੀ ਅਤੇ ਅਸੀਂ ਡਾਕਟਰ ਅਮਿਤ ਸੂਦ ਕੋਲ ਆਏ ਅਤੇ ਉਹਨਾਂ ਨੂੰ ਮਿਲੇ। ਉਹਨਾਂ ਨੂੰ ਆਪਣੀ ਪ੍ਰੋਬਲਮਸ ਦੱਸੀਆਂ। ਉਹਨਾਂ ਨੇ ਕਿਹਾ ਵੀ ਤੁਸੀਂ ਪਹਿਲੇ ਸਕੈਨ ਕਰਵਾਓ, MRI ਕਰਵਾਓ। ਅਸੀਂ MRI ਕਰਵਾਈ, ਸਕੈਨ ਕਰਵਾਈ। ਉਹਦੇ ਵਿੱਚ ਬਹੁਤ ਜ਼ਿਆਦਾ MRI ਵਿੱਚ ਪਸ ਭਰੀ ਹੋਈ ਸੀ ਜਦੋਂ ਟੈਸਟ ਕਰਵਾਇਆ, ਅਤੇ ਸਵੈਲਿੰਗ ਸੀ, ਪੈਂਕਰੀਅਸ ਦੀ ਪ੍ਰੋਬਲਮ ਸੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਓਪਰੇਟ ਕਰਨਾ ਪਏਗਾ। ਉਹਨਾਂ ਨੇ ਦੱਸਿਆ ਵੀ 2 ਓਪਰੇਟ ਹੋਣਗੇ, 1 ਪਿੱਤੇ ਦੀ ਪੱਥਰੀ ਸੀ, 1 ਪੈਂਕਰੀਅਸ ਦੀ ਪ੍ਰੋਬਲਮ ਸੀ। ਅਤੇ ਉਹਨਾਂ ਨੇ ਕਿਹਾ ਵੀ ਆਪਾਂ ਨੂੰ 2 ਓਪਰੇਟ ਕਰਨੇ ਪੈਣਗੇ, ਪਰ ਆਪਾਂ ਇਕੱਠੇ ਕਰ ਦਿੰਦੇ ਹਾਂ। ਪਰ ਅਸੀਂ ਡਰੇ ਹੋਏ ਸੀ। ਅਸੀਂ ਕਿਹਾ ਵੀ ਅਸੀਂ 1 ਹੀ ਕਰਵਾਉਣਾ ਚਾਹੁੰਦੇ ਹਾਂ। ਅਸੀਂ 1 ਓਪਰੇਟ ਕਰਵਾਇਆ ਅਤੇ ਉਸ ਤੋਂ ਬਾਅਦ ਮੈਂ ਬਹੁਤ ਵਧੀਆ ਠੀਕ ਹੋ ਗਈ। ਅੱਜ ਤੋਂ 6 ਮਹੀਨੇ ਪਹਿਲੇ ਮੈਂ ਕਰਵਾਇਆ ਸੀ ਓਪਰੇਟ, ਅਤੇ ਮੇਰਾ ਖਾਣਾ ਪੀਣਾ ਬਿਲਕੁਲ ਬੰਦ ਸੀ। ਉਸ ਤੋਂ ਬਾਅਦ ਮੈਂ ਵਧੀਆ ਖਾਣ ਪੀਣ ਲੱਗ ਗਈ, ਵਧੀਆ ਰਹੀ। ਮੇਰੀ ਸਿਹਤ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਸੀ, ਜੋ ਅੱਜ ਬਿਲਕੁਲ ਠੀਕ ਹੈ। ਅਤੇ 6 ਮਹੀਨਿਆਂ ਬਾਅਦ ਅੱਜ ਮੈਂ ਦੂਸਰਾ ਓਪਰੇਟ ਕਰਵਾਇਆ, ਜਿਸ ਤੋਂ ਬਾਅਦ ਅੱਜ ਅਸੀਂ ਟਾਂਕੇ ਖੁਲਵਾਉਣ ਆਏ ਹਾਂ, ਅਤੇ ਟਾਂਕੇ ਬਿਲਕੁਲ ਠੀਕ ਨਿਕਲੇ। ਡਾਕਟਰ ਸਾਹਿਬ ਦੇ ਹੱਥ ਦੀ ਬਹੁਤ ਜ਼ਿਆਦਾ ਸਫਾਈ ਹੈ। ਸਤਿ ਸ਼੍ਰੀ ਅਕਾਲ, ਇਹ ਮੇਰੇ ਮਦਰ ਨੇ, ਅਤੇ ਅੱਜ ਤੋਂ 6 ਮਹੀਨੇ ਪਹਿਲਾਂ ਇਹਨਾਂ ਦਾ ਇੱਥੇ ਓਪਰੇਟ ਹੋਇਆ ਸੀ ਪੈਂਕਰੀਅਸ ਦਾ। ਡਾਕਟਰ ਸਾਹਿਬ ਨੇ ਇੱਕ ਹੋਰ ਪ੍ਰੋਬਲਮ ਦੱਸੀ ਸੀ ਕਿ ਪਿੱਤਾ ਪੂਰਾ ਪੱਥਰੀਆਂ ਨਾਲ ਭਰ ਚੁੱਕਿਆ ਹੈ। ਡਾਕਟਰ ਸਾਹਿਬ ਕਹਿੰਦੇ ਸੀ ਕਿ ਆਪਾਂ ਦੋਵੇਂ ਓਪਰੇਟ ਇਕੱਠੇ ਕਰ ਦਾਂਗੇ, ਪਰ ਜਿਵੇਂ ਅਸੀਂ ਡਰੇ ਹੋਏ ਸੀ ਕਿ ਪਹਿਲਾਂ ਬਹੁਤ ਜ਼ਿਆਦਾ ਪ੍ਰੋਬਲਮ ਸੀ, ਅਤੇ ਅਸੀਂ ਕਹਿੰਦੇ ਸੀ ਅਸੀਂ 1 ਓਪਰੇਟ ਹੁਣੇ ਕਰਵਾਵਾਂਗੇ, 1 ਅਸੀਂ ਬਾਅਦ 'ਚੋਂ ਕਰਵਾ ਸਕਦੇ ਹਾਂ। ਡਾਕਟਰ ਸਾਹਿਬ ਨੇ ਪੈਂਡਿੰਗ ਦੇ ਵਿੱਚ ਓਪਰੇਟ ਲਿਖਤਾ ਸੀ ਕਿ ਆਪਾਂ ਇਹ ਅਜੇ ਓਪਰੇਟ ਹੋਣਾ, ਅਤੇ 15 ਦਿਨ ਪਹਿਲਾਂ ਦੂਜਾ ਓਪਰੇਟ ਹੋਇਆ, ਅਤੇ ਅੱਜ ਅਸੀਂ ਟਾਂਕੇ ਖੁਲਵਾਉਣਾ ਆਏ ਸੀ। ਬਹੁਤ ਵਧੀਆ ਸਾਡਾ ਇੱਥੋਂ ਦਾ ਐਕਸਪੀਰੀਅੰਸ ਰਿਹਾ। ਪਹਿਲਾਂ ਅੱਜ ਤੋਂ ਸਾਲ ਪਹਿਲਾਂ ਜਿਵੇਂ ਇਹਨਾਂ ਦੇ ਪ੍ਰੋਬਲਮ ਆਈ ਸੀ, ਇੱਕਦਮ ਪੇਟ 'ਚ ਦਰਦ ਹੋਣ ਲੱਗ ਪਈ ਸੀ, ਅਤੇ ਜਿਵੇਂ ਰਿਲੇਟਿਵਸ ਕਹਿਣ ਲੱਗ ਪਏ ਕਿ ਆਪਾਂ ਵੱਡੇ ਸ਼ਹਿਰ 'ਚ ਚੱਲੇ ਗਏ ਜਾਂ ਕਿਤੇ ਹੋਰ ਚੱਲੇ ਗਏ, ਸਾਨੂੰ ਬਠਿੰਡੇ ਰੈਫਰ ਕਰਤਾ ਕਿ ਆਪਾਂ ਬਠਿੰਡੇ ਲੈ ਕੇ ਜਾਂਦੇ, ਉੱਥੇ ਵਧੀਆ ਡਾਕਟਰ ਹੋਣਗੇ, ਵਧੀਆ ਵੱਡਾ ਸ਼ਹਿਰ ਆ। ਪਰ ਫਿਰ ਜਿਵੇਂ ਹੁੰਦਾ ਕਿ ਉੱਥੇ ਸਾਨੂੰ ਕੋਈ ਇੰਨਾ ਹੋਇਆ ਨਾ, ਫਰਕ ਨਾ ਪਿਆ। ਜਿਵੇਂ ਉੱਥੇ ਜਾਂਦੇ ਸੀ ਹੋਸਪਿਟਲ, ਇੱਕ ਵਾਰ ਇਲਾਜ ਕਰ ਦਿੰਦੇ ਸੀ, ਇਨਫੈਕਸ਼ਨ ਖਤਮ ਹੋ ਜਾਂਦੀ ਸੀ, ਪਰ ਫਿਰ ਹਫ਼ਤੇ ਬਾਅਦ ਸੇਮ ਪ੍ਰੋਬਲਮ ਹੋਣ ਲੱਗ ਪੈਂਦੀ ਸੀ। ਫਿਰ ਜਨਵਰੀ 'ਚ ਜਾ ਕੇ ਮੇਰੇ ਮਾਮਾ ਜੀ ਦਾ ਇੱਥੋਂ ਓਪਰੇਟ ਹੋਇਆ ਸੀ ਮੋਟਾਪੇ ਦਾ। ਉਹਨਾਂ ਨੇ ਸਾਨੂੰ ਆਖਿਆ ਕਿ ਡਾਕਟਰ ਅਮਿਤ ਸੂਦ ਕੋਲ ਆ ਜਾਓ ਤੁਸੀਂ, ਅਤੇ ਉਹਨਾਂ ਨੇ ਸਾਨੂੰ ਰੈਫਰ ਕੀਤਾ। ਫਿਰ ਅਸੀਂ ਇੱਥੇ ਆਏ, ਡਾਕਟਰ ਸਾਹਿਬ ਨੇ ਸਾਡੇ ਕੋਲ ਕੋਈ ਗੱਲ ਨਹੀਂ ਲੁਕੋਈ, ਸਭ ਸਾਡੇ ਸਾਹਮਣੇ ਰੱਖਤਾ, ਅਤੇ ਸਾਨੂੰ ਸਭ ਦੱਸਤਾ ਕਿ ਆਹ ਪ੍ਰੋਸੀਜਰ ਆ। ਪਹਿਲਾਂ ਤਾਂ ਬਠਿੰਡੇ ਸਾਨੂੰ ਇੰਨਾ ਕੁ ਡਰਾ ਚੁੱਕੇ ਸੀ ਕਿ ਤੁਹਾਡਾ ਇੱਥੇ ਇਲਾਜ ਹੀ ਹੈ ਨਹੀਂ, ਤੁਹਾਨੂੰ ਦਿੱਲੀ ਜਾਣਾ ਪਊਗਾ, ਉੱਧਰ ਥੱਲੇ ਤੁਹਾਡਾ ਕੋਈ ਇਲਾਜ ਹੀ ਹੈ ਨਹੀਂ ਇੰਡੀਆ ਦੇ ਵਿੱਚ। ਪਰ ਫਿਰ ਜਦੋਂ ਅਸੀਂ ਡਾਕਟਰ ਅਮਿਤ ਸੂਦ ਨੂੰ ਮਿਲੇ, ਇਹਨਾਂ ਨੇ ਸਾਨੂੰ ਸਭ ਸਮਝਾ ਦਿੱਤਾ ਕਿ ਐਂ ਤੁਹਾਡਾ ਆਹ ਪ੍ਰੋਬਲਮ ਆ, ਤੁਹਾਨੂੰ ਇਸ ਤਰ੍ਹਾਂ ਅਸੀਂ ਤੁਹਾਡਾ ਟ੍ਰੀਟਮੈਂਟ ਕਰਾਂਗੇ, ਅਤੇ ਸਾਡਾ ਬਹੁਤ ਵਧੀਆ ਟ੍ਰੀਟਮੈਂਟ ਹੋਇਆ ਜੀ। ਮੇਰੇ ਮਦਰ ਅੱਜ ਬਿਲਕੁਲ ਫਿੱਟ ਨੇ, ਅਤੇ ਇੱਥੋਂ ਦਾ ਸਟਾਫ ਵੀ ਬਹੁਤ ਕੇਅਰਿੰਗ ਆ। ਸਾਨੂੰ ਇੰਨੀ ਲੋੜ ਨਹੀਂ ਪਈ ਕਿ ਅਸੀਂ ਆਪ ਉੱਤੇ ਰਹਿ ਕੇ ਇੰਨਾ ਕੁਛ ਕਰੀਏ, ਕਿ ਸਾਰਾ ਕੰਮ ਸਟਾਫ ਨੇ ਸੰਭਾਲਿਆ ਜੀ। ਅਤੇ ਨਿਊ ਟੈਕਨੋਲੋਜੀ ਨਾਲ ਓਪਰੇਟ ਹੋਇਆ, ਦੂਰਬੀਨ ਨਾਲ ਓਪਰੇਟ ਹੋਇਆ ਜੀ ਸਾਰਾ। ਅਤੇ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਕਿ ਜੇ ਕਿਸੇ ਨੂੰ ਵੀ ਪ੍ਰੋਬਲਮ ਹੋਈ ਪੇਟ ਦੀ ਹੋਵੇ ਜਾਂ ਕਿਸੇ ਨੂੰ ਕੋਈ ਮੋਟਾਪੇ ਦੀ ਪ੍ਰੋਬਲਮ ਹੋਵੇ, ਉਹ ਜ਼ਰੂਰ ਇੱਕ ਵਾਰੀ ਡਾਕਟਰ ਅਮਿਤ ਸੂਦ ਨੂੰ ਮਿਲਣ। ਇਹ ਨਾ ਸੋਚੋ ਕਿ ਸ਼ਹਿਰ ਕਿਵੇਂ ਦਾ, ਤੁਸੀਂ ਡਾਕਟਰ ਨਾਲ ਕੰਸਲਟ ਜ਼ਰੂਰ ਕਰੋ ਜੀ। ਥੈਂਕ ਯੂ।